ਅਸਲਾਮੁਅਲੈਕਮ ਦੋਸਤੋ, ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਪਏ ਅਰਸ਼ਦ ਅਲੀ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਅਰਸ਼ਦ ਅਲੀ ਜੋਈਆ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਹਰ ਰੋਜ਼ ਇਹ ਕੋਸ਼ਿਸ਼ ਕਰਨਾ ਕਿ ਤੁਹਾਡੇ ਵਾਸਤੇ ਜਨਾਬ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂ, ਅਤੇ ਅੱਜ ਵੀ ਮੈਂ ਲੈ ਕੇ ਆਇਆ ਜਨਾਬ ਚਾਰ ਝੋਟੀਆਂ ਮੇਰੇ ਮਗਰ ਖੜੋਤੀਆਂ ਨੇ। ਇਹ ਕਾਫੀ ਦਿਨਾਂ ਤੋਂ ਜਨਾਬ ਮੈਨੂੰ ਕਾਫੀ ਸਾਰੇ ਵੀਰਾਂ ਨੇ ਕਿਹਾ ਕਿ ਜਨਾਬ ਸਾਨੂੰ ਝੋਟੀਆਂ ਦਿਓ ਲੱਭ ਕੇ, ਅਤੇ ਇਹ ਜਨਾਬ ਝੋਟੀਆਂ ਚਾਰ ਮੈਂ ਲੱਭੀਆਂ ਨੇ। ਇਹ ਜਨਾਬ ਮੈਂ ਦਰਿਆ ਦੇ ਵਿੱਚ ਖੜਾਂ, ਅਤੇ ਗਿੱਠ ਗਿੱਠ ਮੇਰੇ ਨਾਲ ਆ ਮਿੱਟੀ ਵੀ ਚਿੰਬੜ ਗਈ ਹੈ। ਅਤੇ ਸਭ ਤੋਂ ਪਹਿਲਾਂ ਜਨਾਬ ਕੈਮਰਾਮੈਨ ਸਾਹਿਬ, ਇਸ ਝੋਟੀ ਤੋਂ ਸ਼ੁਰੂ ਕਰੋ ਜਨਾਬ। ਇਹ ਝੋਟੀ ਨੰਬਰ ਜਨਾਬ 1, ਇਹਦਾ ਕੀ ਹਿਸਾਬ ਕਿਤਾਬ ਹੈ? ਇਹ ਵੀ ਮੈਂ ਪੁੱਛਾਂਗਾ ਜਨਾਬ ਭਾਈ ਜਾਫਰ ਤੋਂ। ਉਸ ਤੋਂ ਬਾਅਦ ਜਨਾਬ ਇਹ ਸਵਾਰ ਕੇ ਵਿਖਾਉਂਦਾ ਆਉਣਾ ਜੀ, ਅਤੇ ਟੁਰਿਆ ਆਉਣਾ ਹੌਲੀ ਹੌਲੀ, ਅਤੇ ਕੋਈ ਕਮੀ ਪੇਸ਼ੀ ਨਾ ਇਹਨਾਂ 'ਚ ਛੱਡਣਾ ਵੀ ਮਾਰਦਾ। ਫਿਰ ਆਪਾਂ ਨੂੰ ਬਾਅਦ 'ਚ ਆਪਣੇ ਜਿਹੜੇ ਜੱਟ ਲੋਕ ਬੰਦੇ ਨੇ ਫਿਰ ਕਹਿੰਦੇ ਨੇ ਵੀ ਜਨਾਬ ਉਹ ਤਾਂ ਤੁਸੀਂ ਸਵਾਰ ਤਾਂ ਵਿਖਾਈ ਨਹੀਂ ਦੀ। ਅਤੇ ਇਹ ਜਨਾਬ ਝੋਟੀ ਨੰਬਰ 2, ਇਹ ਤੁਸੀਂ ਵੇਖ ਰਹੇ ਹੋ ਮੇਰਾ ਕੈਮਰਾਮੈਨ ਜਨਾਬ ਤੁਹਾਨੂੰ ਵਿਖਾ ਰਿਹਾ। ਲੈਣੇ ਦੇਣੇ ਮੁਕੱਦਰ ਹੁੰਦੇ ਨੇ, ਅਤੇ ਮੈਂ ਜਨਾਬ ਆਪਦੇ ਜਾਣੇ ਫੁੱਲ ਫੁੱਲ ਕੋਸ਼ਿਸ਼ ਕਰਨਾ, ਅਤੇ ਕਿੰਨਾ ਕਿੰਨਾ ਸਫ਼ਰ ਕਰਕੇ ਜਨਾਬ ਮੈਂ ਇਹ ਵੀਡੀਓ ਬਣਾਉਂਦਾ ਹੁੰਦਾ। ਮੈਂ ਇਹ ਨਹੀਂ ਹੁੰਦਾ ਵੀ ਮੈਂ ਘਰੋਂ ਨਿਕਲਾਂ ਅਤੇ ਉਹ ਉੱਥੇ ਗੁਆਂਢ ਦੇ ਕਿਸੇ ਦੇ ਜਾ ਕੇ ਖਲੋ ਰਵਾਂ ਵੀ ਮੈਂ ਜਨਾਬ ਆਇਆ, ਅਤੇ ਦੱਸਾਂ ਜਨਾਬ ਤੁਹਾਨੂੰ 50 ਤੋਂ 60 ਕਿਲੋਮੀਟਰ ਮੈਂ ਜਨਾਬ ਆਪਦੇ ਘਰ ਤੋਂ ਫਿਰਨਾ, ਕੋਈ ਤਕਰੀਬਨ 70-80 ਕਿਲੋਮੀਟਰ। ਇਹ ਕਈ ਬੇਲੀ ਮੇਰੇ ਜਾਣਦੇ ਵੀ ਨੇ। ਇਹ ਜਨਾਬ ਤੁਸੀਂ ਵੇਖ ਰਹੇ ਹੋ ਝੋਟੀ ਨੰਬਰ 2, ਅਤੇ ਹੁਣ ਜਨਾਬ ਆਪਾਂ ਵੇਖ ਲੈਂਦੇ ਹਾਂ ਝੋਟੀ ਨੰਬਰ 3, ਇਹਦਾ ਕੀ ਹਿਸਾਬ ਕਿਤਾਬ ਹੈ? ਇਹ ਜਨਾਬ ਮੈਂ ਕਰਾਂਗਾ ਭਾ ਜਾਫਰ ਨਾਲ ਗੱਲ। ਇਹ ਜਨਾਬ ਝੋਟੀ ਨੰਬਰ ਤੁਸੀਂ 3 ਵੇਖ ਰਹੇ ਹੋ, ਇਹ ਕਿਹੜੀਆਂ ਕਿਹੜੀਆਂ ਦੇ ਕੀ ਹਿਸਾਬ ਕਿਤਾਬ ਨੇ ਇਹਨਾਂ ਦੇ, ਇਹ ਭਾ ਜਾਫਰ ਤੋਂ ਪੁੱਛਾਂਗੇ। ਅਤੇ ਇਹ ਜਨਾਬ ਤੁਸੀਂ ਵੇਖ ਰਹੇ ਹੋ ਮੇਰਾ ਕੈਮਰਾਮੈਨ ਜਨਾਬ ਤੁਹਾਨੂੰ ਵਿਖਾ ਰਿਹਾ ਝੋਟੀ ਨੰਬਰ 3, ਇਹਦਾ ਕੀ ਹਿਸਾਬ ਕਿਤਾਬ ਹੈ? ਅਤੇ ਸਵਾਰ ਕੇ ਵਿਖਾਉਣੀਆਂ ਨੇ ਕੈਮਰਾਮੈਨ ਸਾਹਿਬ, ਕੋਈ ਕਮੀ ਪੇਸ਼ੀ ਜਨਾਬ ਨਹੀਂ ਛੱਡਣੀ, ਕਿਉਂਕਿ ਆਪਣੇ ਨਾਲ ਜਨਾਬ ਕਾਫੀ ਸਾਰੇ ਜੱਟ ਲੋਕ ਬੰਦੇ ਜੁੜਦੇ ਨੇ, ਅਤੇ ਉਹਨਾਂ ਦੇ ਆਪਾਂ ਨੂੰ ਮੁਤਾਬਕ ਚੱਲਣਾ ਪੈਂਦਾ। ਅਤੇ ਇਹ ਜਨਾਬ ਤੁਸੀਂ ਵੇਖ ਰਹੇ ਹੋ ਝੋਟੀ ਨੰਬਰ ਜਨਾਬ 4, ਇਹ ਝੋਟੀ ਨੰਬਰ 4 ਤੁਸੀਂ ਵੇਖ ਰਹੇ ਹੋ, ਇਹਦਾ ਕੀ ਹਿਸਾਬ ਕਿਤਾਬ ਹੈ? ਇਹ ਵੀ ਆਪਾਂ ਜਨਾਬ ਕਰਾਂਗੇ ਭਾ ਜਾਫਰ ਨਾਲ ਗੱਲ ਵੀ ਜਨਾਬ ਇਹਦਾ ਜਿਹੜਾ ਨਾ ਇਹਦਾ ਵੀ ਸਾਨੂੰ ਦੱਸੋ ਵੀ ਇਹਦਾ ਕੀ ਹਿਸਾਬ ਕਿਤਾਬ ਹੈ। ਇਹ ਜਨਾਬ ਤੁਸੀਂ ਵੇਖੀ ਝੋਟੀ ਨੰਬਰ 4 ਆ, ਮੂੰਹ ਵਿਖਾਓ ਜੀ, ਝੋਟੀ ਤੁਹਾਡੇ ਮੈਨੇ ਮੂੰਹ ਕਰਕੇ ਖੜੀ ਹੈ। ਅਤੇ ਇਸ ਵਕਤ ਮੈਂ ਜਨਾਬ ਖੜੋਤਾ ਨੀਲੀ ਦੇ ਦਰਿਆ 'ਤੇ, ਅਤੇ ਐਂ ਕੈਮਰਾਮੈਨ ਸਾਹਿਬ ਥੋੜ੍ਹਾ ਜਿਹਾ ਘੁਮਾ ਫਰਾ ਕੇ ਵਿਖਾ ਦਿਓ ਕੈਮਰਾ ਵੀ ਇਹ ਜਨਾਬ ਕਣਕਾਂ ਕੁਣਕਾਂ ਲੋਕ ਵੱਢ ਰਹੇ ਨੇ, ਅਤੇ ਬਰਸੇਮਾਂ ਬਰਸੂਨਾਂ ਜਿਹੜੀਆਂ ਨੇ ਉਹ ਵੀ ਮੇਰਾ ਖਿਆਲ ਆਖਰੀ ਲਓ ਹੀ ਨੇ। ਅਤੇ ਇਹ ਜਨਾਬ ਤੁਸੀਂ ਵੇਖ ਰਹੇ ਹੋ ਮੈਂ ਦਰਿਆ ਦੇ ਉੱਤੇ ਖੜੋਤਾ, ਕੋਈ ਇਹਦੇ 'ਚ ਆਪਣਾ ਕੋਈ ਬੰਦਾ ਕਹੇ ਕਿ ਜਨਾਬ ਉਹ ਮੈਂ ਤਾਂ ਜਾਣਦਾ ਸਾ ਜਗ੍ਹਾ ਨੂੰ, ਅਤੇ ਅਰਸ਼ਦ ਐਵੇਂ ਕੋਈ ਟਿੱਬੇ ਜਿਹਾ ਤਾਂ ਲਾ ਤੇ ਖੜਾ ਸੀ ਵੀ ਜਨਾਬ ਇਹ ਮੈਂ ਦਰਿਆ 'ਤੇ ਖੜਾਂ। ਅਤੇ ਇਹ ਜਨਾਬ ਤੁਸੀਂ ਵੇਖ ਰਹੇ ਹੋ, ਇਹ ਕੈਮਰਾਮੈਨ ਸਾਹਿਬ ਚੋਂ ਝੋਟੀਆਂ ਨੂੰ ਨਜ਼ਰ ਮਰਵਾਓ, ਅਤੇ ਆਪਾਂ ਕਰੀਏ ਫਿਰ ਭਾ ਜਾਫਰ ਨਾਲ ਗੱਲ, ਅਤੇ ਇਹਨਾਂ ਦਾ ਆਪਾਂ ਪੁੱਛ ਲੈਂਦੇ ਹਾਂ ਵੀ ਇਹ ਕੀ ਹਿਸਾਬ ਕਿਤਾਬ ਨੇ। ਅਤੇ ਭਾਈ ਜਾਫਰ ਤੁਸੀਂ ਇੱਥੋਂ ਆਜੋ, ਇੱਕ ਨੰਬਰ ਤੋਂ ਆਪਾਂ ਸ਼ੁਰੂ ਕਰ ਲੈਂਦੇ ਹਾਂ ਜਨਾਬ। ਸਲਾਮੁਅਲੈਕਮ ਜੀ। ਵਾਲੇਕੁਮ ਸਲਾਮ ਜੀ। ਅੱਛਾ ਭਾਈ ਜਾਫਰ, ਆ ਚਾਰ ਝੋਟੀਆਂ ਦੇ ਵਿੱਚੋਂ ਜਨਾਬ ਇੱਕ ਨੰਬਰ ਝੋਟੀ ਦਾ ਹਿਸਾਬ ਕਿਤਾਬ ਦੱਸਣਾ ਹੈ ਵੀ ਇਹ ਇੱਕ ਨੰਬਰ ਝੋਟੀ ਜੀ, ਇਹ ਖੀਰੀ ਮੂੰਹ 'ਚ ਹੈ ਹਲੇ ਥੋੜ੍ਹੀ ਜੀ, ਤਕਰੀਬਨ 1.5 ਸਾਲ ਦੀ ਉਮਰ ਹੈ। ਅੱਛਾ, 1.5 ਸਾਲ ਦੀ ਉਮਰ ਜੀ, 1.5 ਸਾਲ ਦੀ ਉਮਰ ਹੈ, ਠੀਕ ਹੋ ਗਿਆ। ਗੱਬਣ ਗੁੱਬਣ ਜੀ ਕੋਈ ਨਹੀਂ ਹੈ, ਆਪਦੀ ਘਰ ਦੀ ਮੱਝ ਦੀ ਹੈ, ਅੱਛੀ ਝੋਟੀ ਹੈ ਜੀ। ਝੋਟੀ ਨੰਬਰ 2, ਝੋਟੀ ਨੰਬਰ ਜੀ 2, ਉਹ ਮੂੰਹ 'ਚ ਦੋਂਦੀ ਹੈ ਪਰਲੀ। ਕੈਮਰਾਮੈਨ ਸਾਹਿਬ ਅਸੀਂ ਆ ਜਾਓ ਤੁਸੀਂ ਇੱਧਰ ਜਨਾਬ, ਅਤੇ ਮੈਂ ਭਾਈ ਜਾਫਰ ਨਾਲ ਗੱਲ ਕਰਦਾ ਰਹਿੰਦਾ, ਅਤੇ ਤੁਸੀਂ ਜਿਹੜਾ ਨਾ ਜਿਵੇਂ ਜਿਵੇਂ ਅਸੀਂ ਬੋਲੀਏ ਉਵੇਂ ਫਿਰ ਆਪਣੇ ਵੀਰਾਂ ਨੂੰ ਜਿਹੜਾ ਸਮਝ ਆਉਂਦੀ ਜਾਏਗੀ। ਇਹ ਜਿਹੜੀ ਝੋਟੀ ਨੰਬਰ 2 ਹੈ ਭਾਈ ਜਾਫਰ 2 ਜੀ, ਇਹਦਾ ਜਨਾਬ ਦੱਸਣਾ? ਇਹਦਾ ਜੀ ਇਹ ਮੂੰਹ 'ਚ ਦੋਂਦੀ ਹੈ, ਇਹ ਵੀ ਹਲੇ ਤੁਹਾਡੀ ਗੱਬਣ ਨਹੀਂ ਹੈਗੀ ਹੈ ਜੀ, ਇਹ ਵੀ ਘਰ ਦੀ ਮੱਝਦੀ ਹੈਗੀ। ਅੱਛਾ, ਇਹ ਵੀ ਘਰ ਦੀ ਮੱਝਦੀ ਹੈ, ਇਹ ਮੂੰਹ ਚੁੱਕੀ ਹੈ, ਦੋਂਦੀ ਹੈ ਜੀ। ਅੱਛਾ, ਇਹ ਦੋਂਦੀ, ਇਹ ਗਰੰਟੀ ਨਾਲ, ਇਹ ਕੋਈ ਗੱਬਣ ਛੱਬਣ ਹੈ ਜੀ? ਨਹੀਂ, ਇਹ ਗੱਬਣ ਨਹੀਂ ਹੈ। ਅੱਛਾ, ਇਹ ਗੱਬਣ ਨਹੀਂ ਹੈ, ਠੀਕ ਹੋ ਗਿਆ। ਹੁਣ ਕੈਮਰਾਮੈਨ ਸਾਹਿਬ ਝੋਟੀ ਨੰਬਰ ਜਨਾਬ 3 ਤੇ ਲੈ ਚੱਲੋ, ਅਤੇ ਮੈਂ ਤੇ ਜਾਫਰ ਭਾਈ ਜਿਹੜੇ ਨੇ ਅਸੀਂ ਤੁਹਾਡੇ ਮਗਰ ਮਗਰ ਹੌਲੀ ਹੌਲੀ ਟੁਰਿਆ ਆਉਂਦੇ ਹਾਂ। ਇਹ ਜਨਾਬ ਜਿਹੜੀ ਝੋਟੀ ਨੰਬਰ 3 ਖੜੀ ਹੈ, ਇਹਦਾ ਜਨਾਬ ਕੀ ਹੈ ਆਪਣਾ ਹਿਸਾਬ ਕਿਤਾਬ? ਇਹ ਜੀ ਤਕਰੀਬਨ ਜੀ 5 ਮਹੀਨੇ ਦੀ ਗੱਬਣ ਹੈ ਜੀ। ਪੱਕੀ? ਪੱਕੀ ਜੀ, ਗਰੰਟੀ ਨਾਲ। 5ਵਾਂ ਮਹੀਨੇ ਨੂੰ ਚੜਿਆ, 4 ਖਤਮ ਹੋ ਗਏ ਨੇ ਜੀ ਜੀ, 5ਵਾਂ ਮਹੀਨੇ ਨੂੰ ਚੜਿਆ ਹੋਇਆ, ਇਹਦੀ ਬਿਲਕੁਲ ਕਲੀਅਰ ਗਰੰਟੀ ਦਿਸਾਂ, ਗੱਬਣ ਨਾ ਹੋਵੇ ਤਾਂ ਆਪਾਂ ਜ਼ਿੰਮੇਦਾਰ ਸ਼ਨਾਖਤੀ ਕਾਰਡ ਦੀ ਕਾਪੀ ਦੇ ਦਿਸਾਂ ਜੀ। ਅੱਛਾ, ਠੀਕ ਹੋ ਗਿਆ ਜੀ। ਇਹ 5 ਮਹੀਨਿਆਂ ਦੀ ਗੱਬਣ ਹੈ, ਅਤੇ ਇਹ ਮੂੰਹ ਕੀ ਹੈ? ਇਹ ਜੀ ਮੂੰਹ ਚੌਗੀ ਹੈ ਜੀ। ਅੱਛਾ, ਇਹ ਮੂੰਹ ਚੌਗੀ ਹੈ। ਹੁਣ ਆਪਾਂ ਚੱਲਦੇ ਰਹਿੰਦੇ ਜਨਾਬ, ਝੋਟੀ ਨੰਬਰ ਜਿਹੜੀ ਹੈ 4 ਹੈ ਜਨਾਬ ਤੁਹਾਡੀ, ਚੱਪਾ ਚੱਪਾ ਪਸ਼ਮ ਨੇ, ਚੂਰ ਕੁੰਡੇ ਸਿੰਘ ਨੇ ਜਨਾਬ ਇਹਦੇ, ਇਹ ਜਿਹੜੀ ਝੋਟੀ ਹੈ ਤੁਹਾਡੀ ਜੀ, ਇਹਦਾ ਕੀ ਹਿਸਾਬ? 2 ਮਹੀਨੇ ਦੀ ਗੱਬਣ ਹੈ ਜੀ, ਇਹ ਵੀ ਗਰੰਟੀ ਨਾਲ ਜੀ। ਅੱਛਾ, ਇਹ 2 ਮਹੀਨੇ ਦੀ ਜੀ, ਬੇਸ਼ੱਕ ਚੈੱਕ ਕਰਾ ਲੈਣਾ ਇੱਥੇ, ਠੀਕ ਹੋ ਗਿਆ ਜੀ। ਅਤੇ ਇਹਨਾਂ ਦਾ ਕੋਈ ਹੈ ਹਿਸਾਬ ਕਿਤਾਬ ਵੀ, ਇਹ ਨਸਲ ਕਿਹੜੀ ਦੀਆਂ ਨੇ? ਇਹ ਜੀ ਬਿਲਕੁਲ ਨੀਲੀ ਦੀਆਂ ਨੇ, ਤੁਹਾਨੂੰ ਹੀ ਦਿਸ ਰਿਹਾ ਵੀ ਇਹ ਦਰਿਆ ਦੇ ਮਣ ਦੇ ਉੱਤੇ ਖੜੀਆਂ ਨੇ ਜੀ। ਉਹ ਤਾਂ ਮੈਂ ਵੇਖੀ ਖੜਾ ਦਰਿਆ 'ਤੇ ਹਾਂ, ਅਤੇ ਮੈਂ ਆਪਦੇ ਵੀਰਾਂ ਨੂੰ ਵੀ ਘੁਮਾ ਫਰਾ ਕੇ ਵਿਖਾਇਆ ਉਹਨਾਂ ਨੇ 4 ਝੋਟੀਆਂ 'ਤੇ। ਅੱਛਾ, ਉਹ ਜਿਹੜੀ 4 ਨੰਬਰ ਝੋਟੀ ਤੁਸੀਂ ਕਹਿ ਰਹੇ ਹੋ ਵੀ ਇਹ 2 ਮਹੀਨੇ ਦੀ ਗੱਬਣ? 2 ਮਹੀਨੇ ਦੀ ਗੱਬਣ ਹੈ ਜੀ, ਇਨਸ਼ਾਅੱਲਾ, ਠੀਕ ਹੋ ਗਿਆ ਜੀ। ਆਹ ਕੈਮਰਾਮੈਨ ਸਾਹਿਬ ਝੋਟੀ ਨੰਬਰ 4 ਦਾ ਜਨਾਬ ਵਿਖਾਉਣਾ ਮੂੰਹ ਜਨਾਬ, ਹੁਣ ਇਹਨਾਂ ਦੇ ਪੈਸੇ ਜਨਾਬ
ਚਾਰ ਚਾਲੀ ਇਕੱਲੀ ਇਕੱਲੀ ਦਾ ਜੀ ਇਹਦਾ 1,25,000 ਇਹਦਾ ਹੀ 1,25,000 ਜਿਹੜੀ ਚੌਂ ਪੰਜਾਂ ਮਹੀਨੇ ਦੀ ਕਮਾਈ ਠੀਕ ਹੋ ਗਿਆ ਜੀ ਢਾਈ ਲੱਖ ਨੰਬਰ 3 ਦਾ 1,25,000 ਜੀ ਤੇ ਛੋਟੀ ਨੰਬਰ 4 ਦਾ 1,25,000 ਛੋਟੀ ਨੰਬਰ 2 ਦਾ ਇਹਦਾ ਜੀ 1,05,000 ਤੇ ਉਹ ਜਿਹੜੀ ਖਲੋਤੀ ਉਹਦਾ ਜੀ ਇਕੱਲਾ ਇਕੱਲਾ 85,000 ਉਸ ਖੀਰੀ ਦਾ ਠੀਕ ਹੋ ਗਿਆ ਉਹਦਾ ਇਕੱਲਾ ਇਕੱਲਾ 85,000 ਰੁਪਈਆ ਇਹ ਟੋਟਲ ਅਗਰ ਕੋਈ ਚਾਰੇ ਲਵੇ ਤੇ 4,40,000 ਦੀਆਂ ਜੀ 4,00,000 ਇਹਨਾਂ ਦੇ ਵਿੱਚ ਜਨਾਬ ਕੋਈ ਪਿਆਰ ਮੁਹੱਬਤ ਵੀ ਪਾਉਣ ਪਿਆਰ ਮੁਹੱਬਤ ਇਹਨਾਂ ਦੀ 1,000 ਰੁਪਈਆ ਸਾਰੀਆਂ ਦੀ ਹੋ ਜਾ ਸੀ ਇਹ 4,35,000 ਦੀਆਂ ਕਰ ਲਈ ਸਾਂ ਜੀ ਆਪਾਂ ਠੀਕ ਹੋ ਗਿਆ ਜੀ ਫਾਈਨਲ ਮਕੂਲ ਜੇ ਪੈਸੇ ਮੰਗਣੇ ਆਪਾਂ ਉਹਨੇ ਜ਼ਿਆਦਾ ਹੀ ਨਹੀਂ ਮੰਗੇ ਠੀਕ ਹੋ ਗਿਆ ਜੀ ਲਓ ਦੋਸਤੋ ਨੰਬਰ ਲਾਵਾਂਗਾ ਜਨਾਬ ਡਿਸਕ੍ਰਿਪਸ਼ਨ ਦੇ ਵਿੱਚ ਅਤੇ ਤੁਸੀਂ ਜਨਾਬ ਉਸ ਨੰਬਰ 'ਤੇ ਕਰ ਲੈਣੀ ਹੈ ਕਾਲ ਅਤੇ ਇਹ ਜਨਾਬ 4 ਝੋਟੀਆਂ 1, 2, 3 ਅਤੇ ਇਹ ਜਨਾਬ 4 ਇਹਨਾਂ 4 ਝੋਟੀਆਂ ਦੇ ਵਿੱਚੋਂ ਜਨਾਬ ਜਿਹੜੀ ਕਿਸੇ ਨੇ ਇੱਕ ਲੈਣੀ ਹੋਵੇ ਉਹ ਵੀ ਮੈਨੂੰ ਕਾਲ ਕਰ ਸਕਦਾ 2 ਲੈਣੀਆਂ ਹੋਣ ਉਹ ਵੀ ਕਰ ਸਕਦਾ ਜਨਾਬ ਕੋਈ ਬੰਦਾ ਵੇਚਦਾ ਨਹੀਂ ਕਰਦੀਆਂ ਝੋਟੀਆਂ ਨੇ ਜੀ ਇਹ ਗੱਲ ਹੈ ਕਿ ਵੀ ਟਰੈਕਟਰ ਦਾ ਕੋਈ ਸ਼ੌਂਕ ਲੱਗਿਆ ਅੱਗੇ ਛੋਟਾ ਹੈਗਾ ਵੱਡਾ ਜੀ ਰੂਸੀ ਲਵਣ ਲੱਗੇ ਹੈ ਅਤੇ ਮੈਂ ਕਿਹਾ ਵੀ ਚਲੋ ਇਹ ਝੋਟੀਆਂ ਯਾਰ ਵੇਚ ਦੀਏ ਅਤੇ ਟਰੈਕਟਰ ਲੈ ਲਈਏ ਆ ਕਣਕ ਦਾ ਸੀਜ਼ਨ ਸੁਜ਼ਨ ਹੈ ਸੀਜ਼ਨ ਕਮਾ ਅਤੇ ਫਿਰ ਚਲੋ ਜੋਟੀਆਂ ਫਿਰ ਬਣਾ ਲਏ ਸਾਂ ਹੋਰ ਕੋਈ ਜੋਟੀਆਂ ਨਹੀਂ ਲੀਦੀਆਂ ਵੇਚਦਾ ਨਹੀਂ ਇੱਥੇ ਕੋਈ ਥੱਲੇ ਆ ਉਹ ਤਾਂ ਮੈਂ ਅੱਗੇ ਇੱਕ ਬੰਦੇ ਤੋਂ ਪੁੱਛਿਆ ਤਾਂ ਉਹਨੇ ਆਖਿਆ ਪਰ ਆ ਜਾ ਅਤੇ ਇਹ ਦੋਸਤੋ ਨੰਬਰ ਜਨਾਬ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਾਵਾਂਗਾ ਨੰਬਰ ਮੇਰਾ ਵੈਸੇ ਵੀ ਜਨਾਬ 0300 ਪੂਰਾ 7292 0300 7297 2728 ਇਹ ਜਨਾਬ ਮੇਰਾ ਵਟਸਐਪ ਅਤੇ ਈਮੋ ਦਾ ਨੰਬਰ ਹੈ ਅਤੇ ਮੈਂ ਉਮੀਦ ਕਰਾਂਗਾ ਜਨਾਬ ਕਿ ਮੇਰੇ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਵੇਗੀ ਅਤੇ ਮੇਰੀ ਜਨਾਬ ਜਿਹੜੀ ਅਗਲੀ ਵੀਡੀਓ ਹੈ ਉਹ ਵੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕੋਨ ਦੇ ਬਟਨ 'ਤੇ ਮਾਰੋ ਹੱਥ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚੇ ਅਤੇ ਜਨਾਬ ਤੁਸੀਂ ਉਹ ਵੀਡੀਓ ਵੇਖ ਸਕੋ ਮਿਲਣੇ ਅਗਲੀ ਵੀਡੀਓ 'ਚ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ